ਸਾਂਝ ਸਭ ਤੋਂ ਪਹਿਲਾਂ ਆਪ ਜੀ ਪਾਸੇ ਇਹੀ ਹੈ ਕਿ ਗੁਰੂ ਮਹਾਰਾਜ ਦੀ ਆਪਣੀ ਰਹਿਮਤ ਹੋਈ ਹੈ, ਬਖਸ਼ਿਸ਼ ਹੋਈ ਹੈ, ਉਹ ਹੀ ਹਿਰਦਿਆਂ 'ਚ ਵੱਸਦੇ ਨੇ। ਬਿਹਾਰ ਦੇ ਵਿੱਚ ਬਹਾਰ ਆਈ ਹੋਈ ਹੈ, ਸਾਰੇ ਖੁਸ਼ ਨੇ, ਹਾਂਜੀ, ਔਰ ਇਹਨਾਂ ਨੇ ਕੋਈ ਐਸੀ ਗੱਲ ਛੱਡੀ ਨਹੀਂ, ਕਸਰ ਨਹੀਂ ਛੱਡੀ ਹੈ ਕਿ ਕਿਸ ਤਰ੍ਹਾਂ ਵੀ ਇਹਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਜਦੋਂ ਇੱਥੇ ਕੋਈ ਵੀ ਆਵੇ। ਅਤੇ ਮਹਾਰਾਜ ਦਾ ਇਹ 350 ਸਾਲ ਦਾ 351 ਸਾਲ ਜਿਹੜਾ ਹੈ ਉਹ ਇਹ ਮਨਾ ਰਹੇ ਨੇ, ਔਰ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਕੀਤੀ ਹੈ ਇਹਨਾਂ ਨੇ, ਨਿਮਰਤਾ 'ਚ ਮਨਾ ਰਹੇ ਨੇ। ਅਤੇ ਲੇਕਿਨ ਅਸੀਂ ਦੇਖ ਰਹੇ ਹਾਂ, ਅਸੀਂ ਆਪ ਵੀ ਦੰਗ ਹਾਂ ਕਿ ਇਹ ਕਿਸੇ ਦਾ ਕੰਟਰੋਲ ਨਹੀਂ ਹੈ, ਇਹ ਮਾਲਕ ਦਾ ਕੰਟਰੋਲ ਹੈ। ਉਹ ਜਦੋਂ ਹਿਰਦਿਆਂ 'ਚ ਵੱਸ ਜਾਂਦਾ ਨਾ, ਉਹ ਸਾਡਾ ਪਾਤਸ਼ਾਹ ਹੈ ਹੀ, ਸਾਡੇ ਐਸੇ ਨੇ, ਉਹਨਾਂ ਨੇ ਐਸਾ ਕੁਛ ਖੇਲ ਵਰਤਾਇਆ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਕੌਣ ਕਰ ਰਿਹਾ ਕੰਟਰੋਲ। ਤੁਸੀਂ ਜਿਹਨੂੰ ਪੁੱਛੋਗੇ ਨਾ, ਉਹ ਕਹੇਗਾ ਮੇਰਾ ਵੱਡਾ ਅਫਸਰ ਕਰ ਰਿਹਾ ਸ਼ਾਇਦ, ਉਹ ਕਹੇਗਾ ਉਹ ਛੋਟਾ ਕਰ ਰਿਹਾ, ਇੱਦਾਂ ਹੀ ਕਹੀ ਜਾਣਗੇ। ਲੇਕਿਨ ਸੱਚਾਈ ਇਹ ਹੈ, ਮਹਾਰਾਜ ਦਾ ਆਪਣਾ ਇਹ ਕ੍ਰਿਸ਼ਮਾ ਵਰਤ ਰਿਹਾ। ਆਪਾਂ ਬਹੁਤ ਸ਼ਤਾਬਦੀਆਂ ਮਨਾਈਆਂ, ਲੇਕਿਨ ਫਿਰ ਸਾਡੇ ਗੁਰੂ ਵੀ, ਗੁਰਪ੍ਰੀਤ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਵਰਗਾ ਵੀ ਕੋਈ ਹੈ ਨਹੀਂ। ਸੋ ਉਹ ਕੀ ਕਰ ਸਕਦੇ ਨੇ, ਇੱਕ ਬਿਹਾਰੀ ਦੇ ਮਨ ਦੇ ਵਿੱਚ ਵੱਸ ਕੇ ਉਹ ਫਿਰ ਇਹ ਦੁਨੀਆ ਦੇਖ ਸਕਦੀ ਹੈ। ਸਰ ਜੀ, ਕੱਲ੍ਹ ਵੀ ਜਦੋਂ ਸਟੇਜ ਦੇ ਉੱਤੇ ਉਹਨਾਂ ਨੇ ਗੱਲ ਸਾਂਝੀ ਕੀਤੀ, ਇੱਕ ਸਾਲ ਦੇ ਵਿੱਚ 100 ਕਰੋੜ ਰੁਪਈਆ ਬਿਹਾਰ ਗੌਰਮੈਂਟ ਨੇ ਇੱਥੇ ਲਗਾਇਆ, ਅਤੇ ਇਹ ਵੀ ਕਲਾ ਹੀ ਹੈ, ਇਹ ਗੁਰੂ ਸਾਹਿਬ ਦੀ ਮੈਂ ਸਮਝਦਾ ਲੀਲਾ ਹੀ ਹੈ। ਕਿਉਂਕਿ ਜੇ ਅਸੀਂ ਆਮ ਤੌਰ 'ਤੇ ਪੋਲੀਟੀਸ਼ੀਅਨ ਦਾ ਐਂਗਲ ਤੋਂ ਦੇਖੀਏ ਤਾਂ ਉਹਨਾਂ ਦਾ ਵੋਟਾਂ ਦਾ ਫਿਕਰ ਹੁੰਦਾ, ਇੱਥੇ ਸਾਡੀਆਂ ਵੋਟਾਂ ਵੀ ਕੋਈ ਇੰਨੀਆਂ ਨਹੀਂ ਗੀਆਂ ਕਿ ਜੇ ਇੰਨਾ ਵੱਡਾ ਉਹ। ਇੱਥੇ ਵੋਟਾਂ ਵਾਲੀ ਗੱਲ ਨਹੀਂ ਹੈ, ਇੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ, ਸਾ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਹਾਂਜੀ, ਅਤੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਸੋ ਇਹ ਪ੍ਰਤੱਖ ਮਹਾਰਾਜ ਦਿਖਾ ਰਹੇ ਨੇ ਕਿ ਕਿੱਥੇ ਆ ਕੇ ਕਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਅਤੇ ਦੁਨੀਆ ਭੁੱਲੀ ਬੈਠੀ ਹੈ। ਅਤੇ ਸਾਨੂੰ ਸ਼ਾਇਦ ਸਾਰਿਆਂ ਨੂੰ ਫਿਰ ਤੋਂ ਇਹ ਇੱਕ ਵਾਰੀ ਮਹਾਰਾਜ ਦੱਸ ਰਹੇ ਨੇ ਕਿ ਸੇਵਾ ਕਿੱਦਾਂ ਕਰੀਦੀ ਹੈ। 3 ਚੀਜ਼ਾਂ, ਨਾਮ ਜਪੋ, ਸੇਵਾ ਕਰੋ, ਕੀਰਤਨ ਕਰੋ, ਕੀਰਤਨ ਸੁਣੋ, ਇਹ ਕਮਾਈ ਹੈ। ਜੋ ਵੀ ਕੋਈ ਕਹਿੰਦਾ ਹੈ ਮੇਰੇ ਕੋਲ ਕਮਾਈ ਹੈ ਨਾ, ਇਹ 3 ਚੀਜ਼ਾਂ ਦੀ ਕਰੰਸੀ ਆ। ਉਹਨੇ ਰੱਬ ਦਾ ਨਾਮ ਲਿਆ, ਉਹਨੇ ਸੇਵਾ ਕਮਾਈ ਹੈ, ਅਤੇ ਉਹਨੇ ਕੀਰਤਨ ਕੀਤਾ, ਕਿਉਂਕਿ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਸਾਥ ਤੇਰੇ। ਸੇਵਾ ਕੋ ਦੋਨੋ ਬਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੇ ਨਾਮ। ਸਤਿਗੁਰ ਕੀ ਸੇਵਾ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਆਪ ਗੁਆਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਵੈਸਨ ਪਾਈ। ਸੇਵਾ ਆਹਾ, ਸੇਵਾ ਤਾਂ ਕੁਛ ਦਾ ਕੁਛ ਕਰ ਦਿੰਦੀ ਹੈ, ਇਹ ਹਉਮੈ ਦਾ ਨਾਸ਼ ਕਰ ਦਿੰਦੀ ਹੈ ਸੇਵਾ, ਅਤੇ ਹਉਮੈ ਦੀਰਘ ਰੋਗ ਹੈ। ਦਾਰੂ ਵੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਸੋ ਇਹ ਸੇਵਾ ਕਰਨੀ ਲੇਕਿਨ ਔਖੀ ਹੈ। 3 ਕੈਟਾਗਰੀਆਂ, ਇੱਕ ਗੋਲੇ ਨੇ, ਗੋਲੇ ਹੁੰਦੇ ਨੇ ਜਿਹੜੇ ਖਰੀਦੇ ਜਾਣ, ਮਾਲਕ ਕਿਸੇ ਨੂੰ ਇੰਨਾ ਪਿਆਰ ਕਰ ਲੈਂਦਾ ਉਹ ਕਹਿੰਦੇ ਮੈਂ ਵਿਕ ਗਿਆ। ਵਾਹ ਵਾਹ। ਇੱਕ ਹੁੰਦੇ ਨੇ ਚਾਕਰ, ਚਾਕਰ ਥੋੜ੍ਹੀ ਜਿਹੀ ਮਜ਼ਦੂਰੀ ਲੈਂਦੇ ਨੇ, ਨਹੀਂ ਇੱਕ ਹੁੰਦੇ ਨੌਕਰ, ਉਹ ਮਜ਼ਦੂਰੀ ਲੈਂਦੇ ਨੇ। 3 ਕੈਟਾਗਰੀ ਹੁੰਦੀ ਚਾਕਰਾਂ ਦੀ, ਚਾਕਰ ਨਿਰਇੱਛਤ ਹੁੰਦੇ, ਨਿਸ਼ਕਾਮ ਹੁੰਦੇ, ਉਹਨਾਂ ਨੂੰ ਕੁਛ ਨਹੀਂ ਚਾਹੀਦਾ, ਉਹ ਗੁਰੂ ਦੀ ਪਿਆਰ ਦੇ ਵਿੱਚ ਭਿੱਜ ਕੇ ਨਾ ਉਹ ਕਹਿੰਦੇ ਮੇਰਾ ਸਭ ਕੁਛ ਲੁੱਟ ਜਾਵੇ ਕੋਈ ਨਹੀਂ। ਸੋ ਫਿਰ ਮਹਾਰਾਜ ਕਹਿੰਦੇ ਲੇਕਿਨ ਚਾਕਰ ਦਾ ਕੰਮ ਔਖਾ ਹੈ ਭਾਈ, ਕਹਿਣਾ ਸੌਖਾ ਹੈ। ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ, ਕਿਰਪਾ ਕਰੇ ਜੇ ਆਪਣੀ ਤਾਂ ਲਾਏ ਹੇਤ ਪਿਆ। ਵਾਹ ਵਾਹ। ਸੋ ਮਹਾਰਾਜ ਦੇ ਜਿੰਨੇ ਸ਼ਬਦ ਦੇਖੀਏ, ਸੋ ਉਹ ਸਾਰੇ ਟੁੱਕਦੇ ਨੇ ਕਿ ਸੇਵਾ ਹੋ ਰਹੀ ਹੈ, ਪਿਆਰ ਨਾਲ ਹੋ ਰਹੀ ਹੈ। ਦੇਖੋ ਲਾਈਨਾਂ ਇੱਥੇ ਸਟੈਂਪੀਡ ਹੋਇਆ ਕਰਦੀ ਆ, ਇੱਥੇ ਛੱਤ ਪੂਜਾ ਹੁੰਦੀ ਹੈ, ਕਿੰਨੇ ਸਾਰੇ ਬੰਦੇ ਮਰ ਜਾਂਦੇ ਨੇ, ਇਹ ਦੌੜ ਦੌੜ ਕੇ ਨਾ ਸਟੈਂਪੀਡ ਕਰ ਦਿੰਦੇ ਨੇ।
लेकिन इत्थे लाइन चाई जा रहे ने गुरु दा लंगर छकण वास्ते, कोई इतराज़ नहीं कर रहा मैं लेट हो रहा। वो पुछते ने तुसी सानू चार्ज क्यों नहीं करते, वो कहते गुरु जी तो मर्यादा ही नहीं चार्ज करन दी पाई, असी थोनू सब में जोत जोत है सोए तिस दे चानन, सब में चानन होए, असी थोनू कोई गैर नहीं समझते। एडा प्यार बढ़ गया पंजाब च, असी कहने भइए ने ये कहते असी पंजाबी चंगे नहीं सानू रुखे बोलते ने, इत्थे हुण तुसी देखो ये कहते पंजाबियों वर्गा कोई है नहीं, सिखा वर्गा नहीं कोई है, कहते महाराज ने ऐसा किया है कुछ तब्दीली लियांदी है। एक कौतक है, एक कोई आप नहीं कह सकता मैं कुछ कर रहा, मैं तो वैसे कहना भी नहीं चंगा लगता, क्योंकि दो चीज़ा चल दी हैं, एक साडा दिल धड़कदा, एक श्वास चलते ने, कंट्रोल साढ़े को किसी को नहीं, कंट्रोल जिहदा है वो ही क्रैडिट लै सकता, आप कह दें मैं किया मैं कितने किया, वह कराने वाला है। सो असी तो वारे वारे जाइए ऐसे गुर को बल बल जाइए, आप मुक्त मोहे तारे हैं, उन्हें यह अपन दस्या इस है दुनिया भर सिखी दियाँ वैल्यू स्प्रैड होनी, क्योंकि पंथ बड़ी मुश्किल से असं थोड़ा दस दें बुरा हाल है, असी अपना जो सा बहुत रिच विरसा है ना वो भुल गए, सानू चाहिए निम्रता। पंजां दी सारी कहानी है, साड़ी ओरिजिन पंज आप तो है, पंजाब तो पंजां तत्तां दे असीं बने हुए हैं, पंजी साड़ियां सेंसेस ने, पंजी साड़ियां उंगलां ने, पंजी साडे प्यारे ने, ते पंजी जिहड़े गुण ने दया सत संतोख निम्रता प्रेम, ते पांजी साडे दुश्मन ने काम क्रोध लोभ मोह हंकार, पांज 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 दी सारी कहानी है। जे आपां चंगे गुण वो अख्तियार करिए, दया उच खिमा भी है, दया सत संतोख निम्रता प्रेम, असी चंगे बंदे बन जाएंगे, होर भी उन्हां नूं भी फायदा होएगा। जे असी दूजे पासे चले गए काम क्रोध लोभ मोह हंकार, असी विकट इंसान बन जाएंगे, आप भी दुखी होवांगे होरां नूं भी दुखी करांगे। सो सानू पंजां गल्लां याद करनियां चाहीदियां, सवेर दियां पंज साडियां बाणियां, पंज पंज देखोगे तो याद करना सौखा है पंज। हाँ, सो गुरु वाले बनीए, हाँ जी, तो फिर गुरु की जिहड़ी बाणी है उहनू सुणीए समझिए अमल करिए, फिर इस तरह का तुम देख दो करिश्मा। बिल्कुल, एक करिश्मा जिवें भाई साहब जी ने गल की नानक सा करामात, एक करामात हो रही है जो मिले, एक एक करामात वापरती पई है। एक होर गल मैं जी इस बार नोट की है, पिछले साल भी आप आए सी शताब्दी मनाई गई बड़े बड़े पद्धर से, एरक बच्चे बहुत ज़्यादा सेवा के आए ने, उन्हों मनोभावनावान जड़िया वो व्डिया नो भी ज़्यादा महसूस कर रहे हैं कि असी शायद जो पटना साहब पहला नहीं से आए तो असं बहुत कुछ मिस किया जी। ये ठीक है, क्योंकि जोड़े बच्चे ने ना जी इन्होंने बहुत असर चंगा हों, बच्चे जो देखते हैं असं अच्छ देख रहे हैं बहुत ऑफिसर के बच्चे इतने आए ने, वो हैरान ने देख के इतने देखते हैं कि किदा सेवा हो रही है। एक कोई कह लगे जे इतने जरा परमानेंट स्ट्रक्चर होंगे चंगा हो जाना सी, अस क्या एक चीज़ है सिख जो युद्ध जाते धर्म युद्ध सिख मार ताड़ नहीं करता, गरीब मार नहीं करता, सिख का काम नहीं है, सिख ओफेंड नहीं करता सिर्फ डिफेंड करता, और डिफेंड करते करते भी दया नहीं छड़ता, क्योंकि तौल धर्म दया का पूत, धर्म की दया है, जे दया छड़ी तो तुसी थले डिगना। सो वो कह लगे ये पक्का होंदा तो चंगा होंदा, असीं कहा नहीं भाई सिख जदों धर्म युद्ध जाते ना इदा अंगीठे लगते सी, इदा प्रशादे पकते सी फौजां वास्ते, ये बच्चे तो जे ये हुण पक्के हो गए ना इन्हों पता नहीं लगना ये सिखां ने साडे वड्डे वडेरियां ने किदां युद्ध जिते ने, ये इस तरह ही होया काम, इत्थे कोई भेत नहीं लगता कौन मैनेज कर रहा, सवेर तो जलेबियां ही बनी जा रहे, लड्डू बनी जा रहे ने, कौन करी जा रही है बीबी कट्टी जांदियां सब्जी बनाई जा रही दालां कुछ,
ਇਹ ਗੁਰੂ ਨੇ ਵਾਕਈ ਇੱਥੇ ਇਸ ਸਟੇਟ ਦੇ ਵਿੱਚ ਪ੍ਰਕਾਸ਼ ਵੀ ਇੱਥੇ ਹੋਇਆ, ਇਹ ਇੱਕ ਕੌਤਕ ਵੀ ਦਿਖਾਤਾ, ਇਹ ਮੁੜ ਕੇ ਨਹੀਂ ਦਿਸਣਾ ਇਹ। ਬਿਲਕੁਲ, ਮੈਂ ਵੀ ਹੁਣੇ ਥੋੜ੍ਹੀ ਦੇਰ ਪਹਿਲਾਂ ਇਹੀ ਆਪ ਜੀ ਦੇ ਲਫ਼ਜ਼ ਸੰਗਤਾਂ ਨਾਲ ਸਾਂਝੇ ਕਰਕੇ ਆਇਆ ਸੀ ਕਿ 18ਵੀਂ ਸਦੀ ਦੇ ਵਿੱਚ ਇਵੇਂ ਬੀਬੀਆਂ ਮਾਈਆਂ ਲੋਹਾਂ ਤਪਾਉਂਦੀਆਂ ਸੀ ਅਤੇ ਸਿੰਘ ਜੰਗਲਾਂ ਬੇਲਿਆਂ ਦੇ ਵਿੱਚ, ਉਹ ਬਿਲਕੁਲ ਉਹੀ ਮਾਹੌਲ। ਪਰ ਮੈਂ ਸਮਝਦਾ ਕਿ ਆਪ ਜੀ ਦਾ ਇੱਕ ਬੜਾ ਵੱਡਾ ਉਪਕਾਰ ਆ ਇਹਨਾਂ ਬੱਚਿਆਂ ਦੇ ਉੱਤੇ, ਇਹਨਾਂ ਨੂੰ ਇਹ ਕਲਚਰ ਦਾ ਪਤਾ ਨਹੀਂ ਸੀ ਲੱਗਣਾ ਜਦ ਤੱਕ ਪ੍ਰੈਕਟੀਕਲੀ ਨਾ। ਹੁਣ ਛੋਟੀਆਂ ਛੋਟੀਆਂ ਬੱਚੀਆਂ ਨੇ ਉਹ ਲੋਹ ਦੇ ਉੱਤੇ ਬਹਿ ਕੇ ਪ੍ਰਸ਼ਾਦੇ ਪਕਾ ਰਹੀਆਂ ਨੇ ਜੀ, ਇਹ ਇਹ ਕਲਚਰ ਜਿਹੜਾ ਉਹਨਾਂ ਨੂੰ ਮਿਲ ਰਿਹਾ ਜੀ। ਬਹੁਤ ਸਾਰੇ ਪ੍ਰੋਫੈਸ਼ਨਲ ਨੇ ਇੱਥੇ ਜਿਹੜੇ ਕਿ ਨਾਲ ਆਏ ਨੇ। ਅਸੀਂ ਤੁਸੀਂ ਦੇਖੋ ਕਿ ਜਿੱਥੇ ਵੀ ਆਪਾਂ ਗੁਰੂ ਮਹਾਰਾਜ ਸੇਵਾ ਬਖਸ਼ਦੇ ਨੇ ਉਹੀ ਸੇਵਾ ਦਿੰਦੇ ਨੇ। ਗੁਰਪ੍ਰੀਤ ਸਿੰਘ ਜੀ ਵਡਿਆਈ ਵੀ ਉਹ ਦਿੰਦੇ ਨੇ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਣ ਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰੋਂ ਕਰਾਇਣ ਦਾ, ਉਹ ਕਰਾਉਂਦਾ ਸੇਵਾ ਕਰਕੇ। ਫਿਰ ਅਸੀਂ ਉੱਥੇ ਜਗ੍ਹਾ ਬਣਾਉਂਦੇ ਹਾਂ ਕਿ ਉਹ ਬੱਚਿਆਂ ਨੂੰ ਇੱਥੇ ਲਿਆਈਏ ਉਹ ਦੇਖਣ। ਅਸੀਂ ਤੁਹਾਨੂੰ ਇੱਕ ਬਚਨ ਸੁਣਾਉਂਦੇ ਹਾਂ, ਇਹ ਅਸੀਂ ਆਏ ਉੱਥੇ, ਇੱਕ ਬੱਚੀ ਸਾਡੀ ਬੜੀ ਹੋਣਹਾਰ ਬੱਚੀ, ਉਹਨੇ PhD ਕੀਤੀ, ਸਾਨੂੰ ਕਹਿਣ ਲੱਗੀ ਅਸੀਂ ਇੱਥੇ ਕਿ ਭਾਈ ਸਾਹਿਬ ਜੀ ਮੈਂ ਚਾਹੁੰਦੀ ਹਾਂ ਇੱਥੇ ਥੋੜ੍ਹੀ ਜਿਹੀ ਰਿਸਰਚ ਕਰਨੀ ਹੈ। ਅਸੀਂ ਕਿਹਾ ਕਾਹਦੇ ਬਾਰੇ? ਕਹਿੰਦੇ ਸਿੱਖ ਧਰਮ ਦੇ ਬਾਰੇ। ਅਸੀਂ ਕਿਹਾ ਕਿਉਂ, ਮਿਡਲੈਂਡ 'ਚ ਕਿਉਂ ਕਰਨੀ ਹੈ? ਕਹਿੰਦੇ ਮੇਰਾ ਦਿਲ ਕਰਦਾ ਇੱਥੇ ਕਾਫੀ ਸਿੱਖ ਨੇ, ਕਿੰਨਾ ਕੁਛ ਹੈ। ਅਸੀਂ ਕਿਹਾ ਅੱਛਾ, ਫਿਰ ਧਰਮ ਤਾਂ ਤੂੰ ਕਰੇਂਗੀ, ਤੈਨੂੰ ਧਰਮ ਬਾਰੇ ਕੀ ਪਤਾ ਹੈ? ਕਹਿੰਦੀ ਮੈਂ ਅੰਮ੍ਰਿਤਧਾਰੀ ਹਾਂ, ਮੈਂ ਏ ਲੈਵਲ ਕੀਤਾ ਐਡਵਾਂਸਡ ਲੈਵਲ ਪੰਜਾਬੀ ਦਾ। ਕਿਹਾ ਅੱਛਾ, ਬਹੁਤ ਚੰਗਾ ਬਾਈ, ਬੜੀ ਗੱਲ ਚੰਗੀ ਹੈ, ਤੂੰ ਪਾਠ ਕਰਦੀ ਹੈ? ਕਹਿੰਦੀ ਹਾਂ ਮੈਂ ਕਰਦੀ ਹਾਂ। ਕਿਹਾ ਪੰਜ ਬਾਣੀਆਂ? ਹਾਂਜੀ। ਸਾਡੇ ਮਨ 'ਚ ਇੱਕ ਸਵਾਲ ਆਇਆ, ਅਸੀਂ ਕਿਹਾ ਅੱਛਾ, ਅਸੀਂ ਜੇ ਤੈਨੂੰ, ਤੂੰ ਹੁਣ ਪੰਜਾਬੀ ਕੀਤੀ ਹੈ, ਤੈਨੂੰ ਅਸੀਂ ਇੱਕ ਕਹਾਵਤ ਹੈ ਸਾਡੀ, ਉੱਥੇ ਸਾਡੇ ਪਿੰਡਾਂ ਦੇ ਵਿੱਚ ਲੋਕ ਬਹੁਤੇ ਪੜ੍ਹੇ ਨਹੀਂ ਸੀ ਹੁੰਦੇ, ਕਹਾਵਤਾਂ ਹੁੰਦੀਆਂ ਸੀ, ਕਹਾਵਤਾਂ ਡਿਸਟਿਲਡ ਵਿਜ਼ਡਮ ਹੁੰਦੀ ਸੀ। ਅਸੀਂ ਕਿਹਾ ਤੈਨੂੰ ਅਸੀਂ ਇੱਕ ਹੁਣ ਸੁਣਾਉਣੀ ਹੈ ਇੱਕ ਗੱਲ, ਕਹਾਵਤ, ਤੈਨੂੰ ਸਮਝ ਲੱਗੇਗੀ? ਕਹਿੰਦੀ ਕਰੋ। ਅਸੀਂ ਕਿਹਾ ਵਿਹੜੇ ਆਈ ਜੰਜ, ਵਿਨੋ ਕੁੜੀ ਦੇ ਕੰਨ, ਤੈਨੂੰ ਲੱਗੀ ਸਮਝ? ਅਸੀਂ ਕਿਹਾ ਕਿਉਂ, ਇਹ ਪੰਜਾਬੀ ਹੈ। ਅਸੀਂ ਕਿਹਾ ਕੀ ਨਹੀਂ ਸਮਝ ਲੱਗਦਾ? ਕਹਿੰਦੇ ਪਤਾ ਨਹੀਂ ਲੱਗਦਾ ਕੁਛ ਵੀ। ਅਸੀਂ ਕਿਹਾ ਅੱਛਾ ਚੱਲ, ਵਿਹੜਾ ਕੀ ਹੁੰਦਾ? ਨਹੀਂ ਪਤਾ ਨਹੀਂ। ਅਸੀਂ ਕਿਹਾ ਵਿਹੜਾ ਕੋਰਟਯਾਰਡ ਹੁੰਦਾ। ਆਈ? ਕਹਿੰਦੀ ਹਾਂ, ਆਈ ਦਾ ਮਤਲਬ ਹੈਜ਼ ਕਮ। ਅਤੇ ਜੰਜ? ਕਹਿੰਦੀ ਮੈਨੂੰ ਨਹੀਂ ਪਤਾ। ਅਸੀਂ ਕਿਹਾ ਤੈਨੂੰ ਜੰਜ ਦਾ ਨਹੀਂ ਪਤਾ? ਕਹਿੰਦੀ ਨਹੀਂ, ਤੂੰ ਏ ਲੈਵਲ ਕੀਤਾ ਹੈ ਪੰਜਾਬੀ ਦਾ? ਹਾਂ ਮੈਂ ਏ ਲੈਵਲ ਕੀਤਾ ਹੈ। ਅਸੀਂ ਕਿਹਾ ਜੰਜ ਹੁੰਦੀ ਮੈਰਿਜ ਪਾਰਟੀ। ਅੱਛਾ, ਵਿਹੜੇ ਆਈ ਜੰਜ, ਵਿਨੋ। ਕਹਿੰਦੀ ਵਿਨੋ ਕੀ? ਮੈਨੂੰ ਨਹੀਂ ਪਤਾ ਵਿਨੋ ਕੀ ਹੁੰਦਾ। ਅਸੀਂ ਕਿਹਾ ਵਿਨੋ ਪੀਸ ਕਰੋ ਕੰਨ, ਹੈ ਨਾ, ਵਿਨੋ ਕੁੜੀ ਦੇ ਕੰਨ। ਅਸੀਂ ਕੀ ਭਾਵ ਹੋਇਆ? ਜ਼ੀਰੋ। ਅਸੀਂ ਕਿਹਾ ਤੇਰਾ ਕਸੂਰ ਨਹੀਂ ਹੈ, ਇਹ ਸਾਡੀ ਜਿਹੜੀ ਸਭਤਾ ਹੈ ਨਾ, ਸਭਤਾ ਦੀਆਂ ਜਿਹੜੀਆਂ ਗੱਲਾਂ ਉੱਥੇ ਇੰਡੀਆ ਸੀ ਉਹ ਇੱਥੇ ਫੋਰਥ ਜਨਰੇਸ਼ਨ ਕੋਲ ਰਹੀਆਂ ਨੇ, ਉਹਨਾਂ ਨੂੰ ਭੇਤ ਨਹੀਂ ਲੱਗਦਾ। ਸੋ ਤੁਸੀਂ ਸਵਾਲ ਪੁੱਛਿਆ ਨਾ ਕਿ ਇਹ ਬੱਚਿਆਂ ਦਾ ਬਾਹਰ ਆ ਕੇ ਦੇਖਣਾ, ਐਕਸਪੋਜ਼ਰ ਇਹਨਾਂ ਨੂੰ ਮਿਲਣੀ ਕਿ ਸਾਡੀ ਸਭਿਅਤਾ ਕੀ ਹੈ, ਇਹ ਅਤ ਜ਼ਰੂਰੀ ਹੈ। ਅਸੀਂ ਡਿਆਸਪੋਰਾ ਬਾਹਰ ਚਲੇ ਗਏ ਅਤੇ ਜੇ ਇੱਥੋਂ ਨਾਲੋਂ ਸਾਨੂੰ ਸਮਝ ਨਾ ਲੱਗੀ ਤਾਂ ਸਾਡੇ ਕੋਲ ਉਹ ਗੱਲਾਂ ਨਹੀਂ ਹੋਣੀਆਂ, ਕਿਉਂਕਿ ਸਾਡੀ ਬਾਣੀ ਨਹੀਂ ਸਮਝ ਲੱਗਣੀ। ਫਿਰ ਅਸੀਂ ਕਿਹਾ ਇਹਦਾ ਮਤਲਬ ਕੀ ਹੋਇਆ? ਚੱਲ ਹੁਣ ਸਾਰੇ ਲਫ਼ਜ਼ ਆਪਾਂ ਨੂੰ ਆ ਗਏ, ਵਿਹੜੇ ਆਈ ਜੰਜ, ਇਹ ਸਾਰੇ ਪਤਾ ਲੱਗ ਗਿਆ ਨਾ, ਹੁਣ ਇਹਦਾ ਭਾਵ ਕੀ ਹੋਇਆ? ਇਹ ਪਤਾ ਹੀ ਨਹੀਂ। ਇਸ ਕਿ ਇਹਦਾ ਮਤਲਬ ਇਹ ਹੈ ਕਿ ਸਾਰਾ ਕੁਛ ਅਨਪਲੈਨਡ ਹੈ। ਅਤੇ ਇਹ ਕਹਿ ਰਹੇ ਨੇ ਮਾਤਾ ਪਿਤਾ ਨੂੰ, ਤੁਹਾਨੂੰ ਪਤਾ ਨਹੀਂ ਸੀ ਸ਼ਾਦੀ ਹੋਣੀ ਹੈ, ਕਿੰਨੀ ਦੇਰ ਪਹਿਲਾਂ ਸ਼ਾਦੀ ਮੁਕਰਰ ਕੀਤੀ ਜਾਂਦੀ ਹੈ ਅਤੇ ਕੁੜੀ ਨੇ ਕਾਂਟੇ ਪਾਉਣੇ ਤਾਂ ਵਿਆਹ 'ਤੇ ਜਾਣਾ ਇਹਨੇ, ਅਤੇ 11th ਆਵਰ 'ਤੇ ਤੁਸੀਂ ਅਜੇ ਬੈਠੇ ਹੋ ਕਿ ਕੁੜੀ ਦੇ ਕੰਨ ਹੁਣ ਮੰਨੋ, ਕਿ ਟੋਟਲੀ ਅਨਪਲੈਨਡ ਤੁਹਾਡਾ ਕੰਮ ਹੈ, ਚੰਗਾ ਨਹੀਂ ਹੈ ਕਿ ਪਲੈਨਡ ਕਰੀਦਾ ਕੰਮ। ਅਸੀਂ ਕਿਹਾ ਇਹਦਾ ਮਤਲਬ ਇਹ ਹੈ। ਸੋ ਅਸੀਂ ਪਿਆਰ ਨਾਲ ਇਹ ਨਹੀਂ ਕਹਿੰਦੇ ਕਿ ਉਹਦਾ ਕਸੂਰ ਹੈ ਬੱਚੀ ਦਾ, ਲੇਕਿਨ ਇਹ ਦੱਸਦੇ ਹਾਂ ਕਿ ਬਾਹਰਲਾ ਮਾਹੌਲ ਜਿਹੜਾ ਹੈ ਉਹ ਇੱਧਰਲੀ ਜਿਹੜੀ ਸਾਡੀ ਟ੍ਰੈਡੀਸ਼ਨ ਹੈ ਉਹਦੇ ਨਾਲੋਂ ਬਿਲ ਕੱਟ ਆਫ ਹੋ ਜਾਂਦਾ ਬੱਚਾ।
ਉਹ ਪੰਜਾਬੀ ਜਿਹੜੀ ਤੁਸੀਂ ਊੜਾ ਆੜਾ ਪੜ੍ਹ ਕੇ ਇੱਦਾਂ ਨਹੀਂ ਬਣ ਜਾਣੀ ਗੱਲ, ਇਹਨਾਂ ਨੂੰ ਲਿਆਉਣਾ ਪੈਣਾ ਇੱਥੇ। ਇੱਥੇ ਬੱਚੇ ਆਉਂਦੇ ਨੇ ਕਹਿੰਦੇ ਡਰਟੀ ਹੈ, ਹੈਂ ਉੱਥੇ ਚੰਗੀਆਂ ਜਗ੍ਹਾ ਹੈ ਨੇ, ਪੈਸੇ ਨੇ ਕੁਛ ਦੋ ਚਾਰ। ਸੋ ਇਸ ਕਰਕੇ ਉਹਨਾਂ ਦਾ ਕੁਨੈਕਸ਼ਨ ਇੱਥੇ ਰਹਿਣਾ, ਤਾਂ ਹੀ ਸਾਡੀ ਸਭਿਅਤਾ ਅੱਗੇ ਜਾਏਗੀ। ਇਹ ਬਹੁਤ ਜ਼ਰੂਰੀ ਗੱਲ ਹੈ ਬੱਚਿਆਂ ਵਾਸਤੇ, ਵੱਡਿਆਂ ਵਾਸਤੇ ਵੀ, ਵੱਡੇ ਵੀ ਭੁੱਲ ਜਾਂਦੇ ਨੇ ਇਹ ਗੱਲਾਂ। ਪਰ ਮੈਨੂੰ ਲੱਗਦਾ ਕਿ ਜੇ ਜਿਸ ਢੰਗ ਦੇ ਨਾਲ ਬੱਚੇ ਆ ਰਹੇ ਨੇ, ਹੁਣੇ ਸੰਗਤ ਨੇ ਵੀ ਉਹਨਾਂ ਬੱਚਿਆਂ ਦੇ ਵੀ ਵਿਚਾਰ ਸੁਣੇ ਇਹਦੇ ਨਾਲ, ਕਿਉਂਕਿ ਜਦ ਤੱਕ ਪਰਸਨਲ ਫੀਲਿੰਗ ਨਹੀਂ ਹੁੰਦੀ, ਜਿਹੜੀ ਫੀਲਿੰਗ ਉਹਨੂੰ ਇੱਥੇ ਆ ਕੇ ਮਾਣਦੇ ਪਏ ਨੇ, ਜੋ ਇਹਨਾਂ ਨੂੰ ਮਹਿਸੂਸ ਹੋ ਰਿਹਾ, ਮੈਨੂੰ ਲੱਗਦਾ ਉਹ ਜੇ ਕੋਈ ਕੱਢਣਾ ਵੀ ਚਾਹੇਗਾ, ਕੋਈ ਖੋਣਾ ਵੀ ਚਾਹੇਗਾ, ਉਹ ਨਹੀਂ ਖੋਈ ਜਾ ਸਕਦੀ। ਇਹ ਇੱਕ ਬੜਾ ਹੀ ਜ਼ਰੂਰੀ ਚੈਪਟਰ ਹੈ ਮੈਨੂੰ ਲੱਗਦਾ, ਜਿਹੜਾ ਤੁਸੀਂ ਬਾਖੂਬੀ, ਕਿਉਂਕਿ ਅਗਲੀ ਫੋਰਥ ਜਨਰੇਸ਼ਨ ਜਿਹੜੀ ਉਹਨੂੰ ਸੰਭਾਲਣ ਦੀ ਕੋਸ਼ਿਸ਼ ਹੈ, ਅਤੇ ਇਹਦੇ ਨਾਲ ਨਾਲ ਹੁਣ ਬਹੁਤ ਸਾਰੀਆਂ ਸੰਗਤਾਂ ਘਰਾਂ 'ਚ ਜੋ ਬੈਠੀਆਂ ਹੋਈਆਂ ਨੇ, ਅੱਜ ਪ੍ਰਕਾਸ਼ ਪੁਰਬ ਦਾ ਮੌਕਾ ਹੈ, ਬੜੀਆਂ ਸੰਗਤਾਂ ਨੇ ਇੱਥੇ ਸੇਵਾਵਾਂ ਵੀ ਕੀਤੀਆਂ ਨੇ, ਲੰਗਰ ਵੀ ਲੱਗੇ ਹੋਏ ਨੇ, ਤਖ਼ਤ ਸਾਹਿਬ 'ਤੇ ਨਗਰ ਕੀਰਤਨ ਵੀ ਨਿਕਲੇ ਨੇ, ਸਾਰੇ ਆਨੰਦ ਮੰਗਲ ਵਰਤ ਰਿਹਾ, ਉਹ ਆਨੰਦ ਥੋੜ੍ਹਾ ਜਿਹਾ ਉਹਨਾਂ ਤੱਕ ਵੀ ਆਪ ਜੀ ਪਹੁੰਚਾਓ। ਗੁਰਪ੍ਰੀਤ ਸਿੰਘ ਜੀ ਮਹਾਰਾਜ ਸਵਾਲ ਪੁੱਛਦੇ ਨੇ ਤਿੰਨ, ਕਹਿੰਦੇ ਨੇ ਕਿੱਥੋਂ ਉਪਜੇ, ਕਹਿ ਰਹੇ ਕਹਿ ਮਾਏ ਸਮਾਵੇ। ਹਰ ਇਨਸਾਨ ਦਾ ਫਰਜ਼ ਬਣਦਾ ਹੈ ਉਹ ਸੋਚੇ ਮੈਂ ਕਿੱਥੋਂ ਆਇਆ, ਕਿੱਥੇ ਮੈਂ ਚਲੇ ਜਾਣਾ, ਅਤੇ ਮੈਂ ਇੱਥੇ ਕੀ ਕਰਨ ਆਇਆ। ਇਹ ਜੇ ਸਵਾਲ ਆਪਾਂ ਆਪਣੇ ਆਪ ਨੂੰ ਪੁੱਛਦੇ ਨਹੀਂ ਨਾ, ਆਪਾਂ ਆਊਟ ਆਫ ਕੰਟੈਕਸਟ ਹੋ ਜਾਂਦੇ। ਅਤੇ ਮਹਾਰਾਜ ਜਵਾਬ ਦਿੰਦੇ ਨੇ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜੱਗ ਮੇ ਆਇਆ। ਅੱਛਾ, ਫਿਰ ਕਹਿੰਦੇ ਉੱਥੋਂ ਵਿਛੜਿਆ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬੈਸੀਠ, ਹਰ ਨਾਮੋ ਮੰਤਰ ਦੜਾਇੰਦਾ ਕੱਟੇ ਹੋਮੇ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਕਹਿੰਦੇ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਉਹ ਸਾਨੂੰ ਉੱਥੇ ਲੈ ਜਾਏਗਾ। ਉਹ ਲੈ ਜਾਏਗਾ ਇਸ ਤਰ੍ਹਾਂ ਲੈ ਜਾਏਗਾ, ਕਿਉਂਕਿ ਸਾਡਾ ਪਰਪਸ ਲਾਈਫ ਦਾ ਮੇਨ ਪਰਪਸ ਇਹ ਹੈ ਅਸੀਂ ਘਰ ਚਲੇ ਜਾਈਏ। ਇੱਥੇ ਘਰ ਨਹੀਂ ਹੈ ਸਾਡਾ, ਪਰਦੇਸ਼ ਝਾਗ ਸੌਦੇ ਕੋ ਆਇਆ, ਇੱਥੇ ਤਾਂ ਅਸੀਂ ਸੌਦਾ ਲੈਣ ਆਏ ਹਾਂ। ਉਹ ਸੌਦਾ ਕੀ ਲੈਣ ਆਇਆ ਕਿ ਅਸੀਂ ਘਰ ਪਹੁੰਚ ਜਾਈਏ ਵਾਪਸ। ਮਹਾਰਾਜ ਨੇ ਸਾਡੇ 'ਤੇ ਰਹਿਮ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਹਰ ਇੱਕ ਜੀਵ ਨੂੰ ਕਹਿੰਦੇ ਨੇ ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਸਿੱਖਦਾਰੀ ਦਾ ਕੀ ਮਤਲਬ? ਤੂੰ ਸਿੱਕਾ ਚਲਾ ਸਕਦਾ, ਤੂੰ ਐਮਪਰਰ ਹੈ, ਜਾਂ ਮੇਰੇ ਪੁੱਤਰ ਤੈਨੂੰ ਮੈਂ ਭੇਜਦਾ। ਧੀ ਅਤੇ ਲੜਕੇ 'ਚ ਫਰਕ ਨਹੀਂ ਹੈ, ਪੁੱਤਰ ਹੀ ਹੈ ਮਹਾਰਾਜ ਦੇ ਸਾਰੇ। ਜਾਂ ਪੁੱਤਰ, ਇਹ ਸਾਰੀ ਕ੍ਰੀਏਸ਼ਨ ਤੇਰੀ ਸਰਵਿਸ 'ਤੇ ਆ, ਧਰਤੀ 'ਤੇ ਤੂੰ ਥੁੱਕ ਲੈ, ਧਰਤੀ ਨੂੰ ਪਿਆਰ ਨਾਲ ਤੁਰ ਲੈ, ਪਾਣੀ ਤੂੰ ਪੋਲਿਊਟ ਕਰ ਦੇ, ਪਾਣੀ ਤੂੰ ਸਾਫ਼ ਰੱਖ, ਦਰਖਤ ਕੱਟ ਦੇ, ਇਹ ਸਭ ਤੇਰੀ ਸਰਵਿਸ 'ਤੇ ਨੇ, ਲੇਕਿਨ ਪੁੱਤਰ ਤੂੰ ਇਹਨਾਂ ਨੂੰ ਚੰਗਾ ਕਰਕੇ ਵਾਪਸ ਘਰ ਆ ਜਾਈਂ। ਸੋ ਸਾਡਾ ਮੇਨ ਪਰਪਸ, ਭਜੋ ਗੋਬਿੰਦ ਭੂਲ ਮਤ ਜਾਵੋ, ਮਾਨਸ ਜਨਮ ਕਾ ਇਹੀ ਲਾਹ, ਆਪਣਾ ਭਜਸ ਭਜਸ ਕਾ ਵਪਾਰੀ, ਆਵੇ ਅੰਤ ਨਾ ਭਜਿਆ। ਸੋ ਜਾਣਾ ਤਾਂ ਉੱਥੇ ਹੈ, ਉਹਦੇ ਵਾਸਤੇ ਸੇਵਾ, ਨਾਮ ਜਪਣਾ, ਕੀਰਤਨ ਕਰਨਾ, ਕੀਰਤਨ ਸੁਣਨਾ ਅੱਤ ਜ਼ਰੂਰੀ। ਇਹ ਕਮਾਈ ਹੈ, ਇਹ ਸਪਿਰਚੁਅਲ ਵੈਲਥ ਹੈ, ਇਹ ਸਪਿਰਚੁਅਲ ਕਰੰਸੀ ਹੈ। ਇੱਥੇ ਪੂਜੇ ਬਾਬਾ ਜੀ ਆਏ ਨੇ, ਬਾਬਾ ਲਾਭ ਸਿੰਘ ਜੀ, 95 ਸਾਲ ਦੀ ਆਯੂ ਹੈ, ਉੱਥੇ ਬੈਠੇ ਸੀਗੇ। ਉੱਥੇ ਇੱਥੇ ਬਾਬਾ ਭਗਵਾਨ ਜੀ ਨੇ, ਉਹ ਉੱਧਰ ਨੂੰ ਮੂੰਹ ਕਰਕੇ ਬੈਠੇ ਨੇ। ਇੱਕ ਬਾਬਾ ਹਰਭਜਨ ਸਿੰਘ ਜੀ ਆਏ ਨੇ, ਉਹ ਉੱਥੇ ਖੜ ਕੇ ਤਾਂ ਦੇਖ ਨਹੀਂ ਰਹੇ ਕੌਣ ਵਰਤਾ ਰਿਹਾ। ਕਮਾਈ ਹੈ, ਕਮਾਈ ਇਹ ਤਿੰਨੇ ਚੀਜ਼ਾਂ ਹੈ, ਰੱਬ ਦਾ ਨਾਮ ਲਿਆ, ਸੇਵਾ ਕੀਤੀ ਹੈ, ਕੀਰਤਨ ਸੁਣਿਆ, ਉਹਦੇ ਕਰਕੇ ਬਸ ਬੈਠੇ ਨੇ। ਉਹ ਜਿਹੜੀ ਸਪਿਰਚੁਅਲ ਕਮਾਈ ਹੈ ਨਾ, ਉਹਦੇ ਪਿੱਛੇ ਦੁਨੀਆ ਸਾਰੀ ਦੌੜੀ ਭੱਜ ਫਿਰਦੀ, ਸਾਰੀਆਂ ਤਾਕਤਾਂ, 9 ਨਿਧੀਆਂ, 18 ਸਿੱਧੀਆਂ, 27 ਤਾਕਤਾਂ ਹੈ ਸਿੱਖ ਦੇ ਕੋਲ ਆ ਜਾਂਦੀਆਂ। ਹੈਂ, ਇਹ ਪਾਤਸ਼ਾਹ ਨੇ ਸਾਨੂੰ ਕੀ ਬਣਾਇਆ? ਖਾਲਸਾ ਮੇਰੋ ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕੇ ਹੋ ਸਦ ਸਦ ਸੰਗਾ, ਖਾਲਸਾ ਮੇਰੋ ਸਤਿਗੁਰ ਪੂਰਾ। ਹੈਂ, ਖਾਲਸਾ ਦੀ ਕੋਈ ਗੱਲ ਛੱਡੀ ਹੈ? ਇਨਹੀ ਕੀ ਕਿਰਪਾ ਕੇ ਸਜੇ ਹਮ ਹੈ। ਸੋ ਇਹ ਕੌਤਕ ਉਹ ਕਰਕੇ ਦਿਖਾਉਂਦੇ ਨੇ।
ਪਾਤਸ਼ਾਹ, ਲੇਕਿਨ ਅਸੀਂ ਉਹਨਾਂ ਨੂੰ ਭੁੱਲ ਗਏ। ਦਇਆ ਸਾਨੂੰ ਨਹੀਂ ਕਰਨੀ ਆਉਂਦੀ, ਖਿਮਾ ਅਸੀਂ ਕਿਸੇ ਨੂੰ ਕਰਕੇ ਰਾਜ਼ੀ ਨਹੀਂ, ਕਾਮ ਕ੍ਰੋਧ 'ਚ ਜਲਦੇ ਹਾਂ। ਸੰਪਟ ਖੰਡ ਪਾਠ ਆਪਾਂ ਦੋ ਸੰਪਟ ਖੰਡ ਪਾਠ ਹਰ ਸਾਲ ਕਰਦੇ ਹਾਂ। ਐਤਕੀ ਜਿਹੜਾ ਸੰਪਟ ਸੀ, ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤੇਤੇ ਲਿਓ ਬਾ, ਜਿੱਤ ਦੁਆਰੇ ਜਿਹੜੇ ਮੰਦਰ ਤੋਂ, ਜਿਹੜੇ ਮਸਜਿਦ ਤੋਂ, ਜਿੱਥੋਂ ਵੀ ਕੋਈ ਆ ਜਾਏ ਪਾਤਸ਼ਾਹ ਬਖਸ਼ੋ। ਕਿਉਂਕਿ ਦੁਨੀਆ ਵਰਲਡ ਕ੍ਰੋਸ ਰੋਡ 'ਤੇ ਖੜ੍ਹੀ ਹੈ ਇਸ ਵੇਲੇ। ਨਿਊਕਲੀਅਰ ਹਾਈਡਰੋਜਨ ਬੰਬ ਲੋਕਾਂ ਕੋਲ ਨੇ, ਇਹ ਮਕਾਨ ਖੜ੍ਹੇ ਰਹਿ ਜਾਣਗੇ, ਬੰਦੇ ਨਹੀਂ ਹੋਣਗੇ, ਇਸ ਤਰ੍ਹਾਂ ਦੀ ਤਬਾਹੀ ਹੋ ਸਕਦੀ ਹੈ। ਸੋ ਉਹੋ ਜਿਹਾ ਸਮਾਂ ਆਇਆ ਹੈ ਕਿ ਜਿਸ ਵੇਲੇ ਹੁਣ ਫਿਰ ਵੈਲਿਊਜ਼ ਦੀ ਲੋੜ ਹੈ। ਜਦੋਂ ਪਾਤਸ਼ਾਹ ਵੀ ਆਏ ਸੀ ਨਾ, ਮਹਾਰਾਜ ਕਹਿੰਦੇ ਸੀ, ਭਾਈ ਗੁਰਦਾਸ ਜੀ ਨੇ ਲਿਖਦੇ ਨੇ, ਸਤਿਗੁਰੂ ਨਾਨਕ ਪ੍ਰਗਟ ਗਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਇਹ ਇਗਨੋਰੈਂਸ ਦਾ ਅੰਧੇਰਾ ਦੂਰ ਕੀਤਾ। ਉਦੋਂ ਹੀ ਮਹਾਰਾਜ ਨੇ ਕਿਹਾ, ਐਡਾ ਕਹਿਰ ਮੱਚਿਆ, ਕੱਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਦਾ ਉੱਡ ਰਿਹਾ, ਕਹਿੰਦੇ ਹੈ ਨਹੀਂ ਧਰਮ ਨਹੀਂ। ਹੁਣ ਧਰਮ ਦੀ ਫਿਰ ਵਾਪਸ ਜੈਕਾਰ ਹੋਣੀ ਹੈ ਅਤੇ ਇੱਥੋਂ ਸ਼ੁਰੂ ਹੋਣਾ ਹੈ। ਸ਼ਾਇਦ ਸਿੱਖਾਂ ਨੂੰ, ਸਾਨੂੰ ਵੀ ਯਾਦ ਆਵੇ ਕਿ ਪਾਤਸ਼ਾਹ ਸਾਨੂੰ ਕੀ ਕਹਿ ਕੇ ਗਏ ਨੇ। ਸੰਤ ਸਿਪਾਹੀ ਅਸੀਂ ਬਣੇ ਅਤੇ ਇਸ ਕਰਕੇ ਹੀ ਬਣੇ ਹਾਂ ਕਿ ਦਇਆ ਰੱਖਣੀ ਹੈ, ਹਾਂਜੀ, ਅਤੇ ਇਹ ਸੇਵਾ ਕਰਨੀ ਹੈ। ਫਿਰ ਸਾਡੀ ਹੋਮੇ ਜਾਏਗੀ, ਨਹੀਂ ਤਾਂ ਹੋਮੇ ਦੀਰਘ ਰੋਗ ਹੈ, ਇਹਨੇ ਛੱਡਣਾ ਨਹੀਂ ਸਾਨੂੰ। ਇਹਨਾਂ ਔਗਣਾਂ ਤੋਂ ਅਸੀਂ ਬਚਣਾ। ਨਹਿਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਧ ਜੀਓ, ਇਹ ਗੁਰੂ ਦੀ ਥਾਪੀ ਦੇ ਨਾਲ ਹੀ ਇਹ ਜਿਹੜੇ ਪੰਜ ਨੇ ਇਹ ਕਾਬੂ ਆਉਣੇ ਨੇ। ਗੁਰੂ ਸਾਹਿਬ ਨੇ ਸਾਨੂੰ ਭਲਵਾਨ ਵੀ ਬਣਾਇਆ, ਇਹ ਗੁਰੂ ਸਾਹਿਬ ਦੀ ਸਾਨੂੰ ਬਖਸ਼ਿਸ਼ਾਂ ਨੇ, ਗੁਰੂ ਸਾਹਿਬ ਦੀਆਂ ਰਹਿਮਤਾਂ ਇੱਥੇ ਵਰਤ ਰਹੀਆਂ ਨੇ। ਤੋ ਸਾਰੀਆਂ ਸੰਗਤਾਂ ਦੇਸ਼ ਤੋਂ ਵਿਦੇਸ਼ ਤੋਂ ਇੱਥੇ ਆਈਆਂ, ਜਿਵੇਂ ਆਪ ਜੀ ਨੇ ਹੁਣੇ ਇੱਕ ਗੱਲ ਕੀਤੀ ਕਿ ਗੁਰੂ ਸਾਹਿਬ ਸਾਡੇ ਅੰਗ ਸੰਗ ਇੱਥੇ। ਮੈਂ ਬਹੁਤ ਸਾਰਿਆਂ ਦੇ ਨਾਲ ਹੁਣੇ ਸੰਗਤ ਦੇ ਵਿੱਚ ਵਿਚਾਰ ਕਰਕੇ ਆਇਆ, ਬਾਹਰੋਂ ਬੱਚੇ ਵੀ ਵੱਡੇ ਵੀ ਇਹ ਗੱਲ ਕਹਿ ਰਹੇ, ਸਾਨੂੰ ਇਹ ਮਹਿਸੂਸ ਹੋ ਰਿਹਾ ਬਾਲਾ ਪ੍ਰੀਤਮ ਸਾਡੇ ਲਾਗੋਂ ਦੀ ਵਿੱਚੋਂ ਦੀ ਇੱਥੇ ਕਿਤੇ ਘੁੰਮਦੇ ਪਏ ਨੇ। ਸਾਨੂੰ ਕੁਝ ਨੇ ਤਾਂ ਇਹ ਵੀ ਕਿਹਾ ਕਿ ਸਾਨੂੰ ਮਹਿਸੂਸ ਹੋਇਆ ਕਿ ਬਿਲਕੁਲ ਸਾਕਸ਼ਾਤ ਉਹ ਇਸੇ ਧਰਤੀ ਦੇ ਉੱਤੇ ਸਾਡੇ ਅਤੇ ਬਲੈਸਿੰਗ। ਗੁਰਮੀਤ ਸਿੰਘ ਜੀ, ਇੱਕ ਮਹਾਰਾਜ ਬਾਰ ਬਾਰ ਸਾਨੂੰ ਹੋਮੇ ਤੋਂ ਬਚਾਉਂਦੇ ਨੇ, ਕਹਿੰਦੇ ਨੇ ਸਭ ਗੁਣ ਤੇਰੇ। ਇਹ ਪੰਜ ਗੁਣ ਜਿਹੜੇ ਨੇ ਅਤੇ ਪੰਜ ਹੀ ਔਗਣ ਨੇ, ਇਹ ਸਾਡੇ ਨਹੀਂ, ਸਾਨੂੰ ਲੀਜ਼ 'ਤੇ ਨੇ। ਕੋਈ ਚੰਗਾ ਕੰਮ ਕੀਤਾ, ਮਹਾਰਾਜ ਕਹਿੰਦਾ ਚਲੋ ਇਹਨੂੰ, ਨਿਰਗੁਣਿਆਂ ਨੂੰ ਉਹ ਗੁਣ ਦਿੰਦਾ, ਲੇਕਿਨ ਗੁਣ ਉਹਦੇ ਨੇ। ਸਭ ਗੁਣ ਤੇਰੇ, ਮੈਂ ਨਹੀਂ ਕੋਏ, ਬਿਨ ਗੁਣ ਕੀਤੇ ਭਗਤ ਨਾ। ਸੋ ਇਹ ਮਤ ਕੋਈ ਕਵੇ ਮੈਨੂੰ ਦਇਆ ਬਹੁਤ ਆ ਗਈ ਹੈ, ਮੈਨੂੰ ਸੇਵਾ ਕਰਨੀ ਆ ਗਈ, ਨਹੀਂ, ਇਸ ਤੋਂ ਮਹਾਰਾਜ ਕਹਿੰਦੇ ਬਚ ਕੇ ਰਹੋ। ਮਿੱਠਤ ਨੀਵੀ ਨਾਨਕਾ, ਗੁਣ ਚੰਗੇ ਆਈਆਂ ਤਤ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਜਿੱਥੇ ਨੀਚ ਸੰਭਾਲੀਨ ਉੱਥੇ ਨਦਰ ਤੇਰੀ ਬਖਸ਼ੀ। ਨੀਵੇਂ ਹੋ ਕੇ ਚੱਲਣਾ ਸਿੱਖ ਨੂੰ ਆਉਣਾ ਚਾਹੀਦਾ, ਬਸ ਫਿਰ ਚੜ੍ਹਦੀ ਕਲਾ। ਇੱਕ ਗੱਲ ਹੋਰ ਮੇਰੇ ਮਨ 'ਚ ਆ ਰਹੀ, ਆਪ ਜੀ ਦੇ ਨਾਲ ਬਚਨ ਕਰਦਿਆਂ ਕਰਦਿਆਂ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਬੜੀ ਇੱਕ ਟਰਾਂਸਫੋਰਮੇਸ਼ਨ ਹੋਈ ਹੈ। ਆਪਾਂ ਸ਼ਾਇਦ 2-3 ਸਾਲ ਪਹਿਲਾਂ ਵੀ ਇੱਕ ਵਾਰੀ ਮਿਲੇ ਸੀ, ਉਦੋਂ ਸੀ ਕਿ ਅਸੀਂ ਆਹ ਕੁਛ ਕਰਨ ਜਾ ਰਹੇ ਹਾਂ ਜਾਂ ਆਹ ਕੁਛ ਕਰਨਾ ਚਾਹੁੰਦੇ ਹਾਂ, ਉਹਦੇ ਵਿੱਚੋਂ ਕਾਫੀ ਕੁਝ ਅੱਜ ਮੁਕੰਮਲ ਹੋ ਚੁੱਕਾ ਹੈ। ਅਤੇ ਫੋਰਕਾਸਟਿੰਗ ਕੀ ਆਪਾਂ ਕਹਿ ਸਕਦੇ ਹਾਂ, ਆਉਂਦੇ ਸਮੇਂ ਦੀਆਂ ਕੀ ਪ੍ਰਯੋਜਨਾਵਾਂ ਨੇ ਇਸ ਧਰਤੀ ਦੇ ਵਾਸਤੇ? ਸਾਨੂੰ ਲੱਗਦਾ ਚੰਗਾ ਸਮਾਂ ਆਏਗਾ। ਸਿੱਖ ਨੂੰ ਮਹਾਰਾਜ ਨੇ ਇੱਕ ਬੜੀ ਖਾਸ ਖਾਸ ਗੱਲ ਕਹੀ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹਨੇ ਚੜ੍ਹਦੀ ਕਲਾ ਰੱਖਣੀ ਸਦਾ, ਇਹਨੇ ਟੈਂਦੀਆਂ ਕਲਾਂ 'ਚ ਨਹੀਂ ਜਾਣਾ। ਚੜ੍ਹਦੀ ਕਲਾ ਨੂੰ ਇੰਗਲਿਸ਼ 'ਚ ਅਸੀਂ ਕਹਿੰਦੇ ਹਾਂ ਅਸੈਂਡਿੰਗ ਆਪਟੀਮਿਜ਼ਮ, ਉਸ 'ਚ ਡਿੱਪ ਕੋਈ ਨਹੀਂ, ਉਹ ਇੱਦਾਂ ਹੀ ਜਾਂਦੀ ਹੈ। ਸਿੱਖ ਦੀ ਆਪਟੀਮਿਜ਼ਮ ਇੱਦਾਂ ਹੀ ਰਹਿਣੀ ਚਾਹੀਦੀ ਹੈ, ਇਹ ਨਹੀਂ ਕਿ ਉਹ ਟੈਂਦੀਆਂ ਕਲਾ, ਉਹ ਪਤਾ ਨਹੀਂ ਕੀ ਹੋ ਜਾਣਾ। ਗੁਰੂ ਰਾਖਾ ਹੈ, ਉਹਨੂੰ ਫਿਕਰ ਹੈ ਆਪਣੇ ਬੱਚਿਆਂ ਦਾ। ਸਾਰੀ 7.3 ਬਿਲੀਅਨ ਜਿਹੜੀ ਪਾਪੂਲੇਸ਼ਨ ਹੈ ਦੁਨੀਆ ਦੀ, ਕੋਈ ਵੀ ਕਿਸੇ ਵਰਗਾ ਨਹੀਂ, ਗੁਰਪ੍ਰੀਤ ਸਿੰਘ ਵਰਗਾ ਹੋਰ ਪੈਦਾ ਹੀ ਨਹੀਂ ਮਾਲਕ ਨੇ ਕੀਤਾ। ਲੱਖਾਂ ਆਏ, ਲੱਖਾਂ ਜਾਣਗੇ, ਲੱਖਾਂ ਆਣਗੇ, ਉਹ ਮਾਲਕ ਦੇ ਸਾਰੇ ਕੁਲਬੂਤ ਨਵੇਂ ਨਵੇਂ ਨੇ। ਸੋ ਉਹਦੀ ਡਾਇਵਰਸਿਟੀ ਇਨਫਿਨਿਟ ਹੈ, ਬੇਅੰਤ ਆ ਉਹ। ਸੋ ਇਸ ਕਰਕੇ ਉਹ ਰੱਖੇਗਾ, ਹੈਂ, ਹੋਏਗਾ ਖਸਮ ਤਲੇਗਾ ਰਾਖ, ਹੈਂ, ਉਹਨੇ ਕਿਰਪਾ ਕਰਨੀ ਹੈ, ਹੈਂ। 40 ਯੁੱਗ ਹੋਏ, 36 ਯੁੱਗ ਪਹਿਲਾਂ ਹੋਏ ਨੇ, 4 ਯੁੱਗ ਫਿਰ ਹੋਏ ਨੇ।
ਉਹ 36 ਜੁਗਾਂ 'ਚ ਕੀ ਹੋਇਆ, ਉਹ ਚੁੱਪ ਸੁਣ ਸਮਾਧੀ ਆਪ ਸੀਗਾ, ਫਿਰ ਉਹਨਾਂ ਨੇ ਯੁੱਗ ਬਣਾਤੇ ਨੇ। ਸੋ ਉਹ ਕਈ ਵਾਰੀ ਕਿੰਨਾ ਕੁਛ ਹੁੰਦਾ ਰਹਿੰਦਾ, ਲੇਕਿਨ ਉਹ ਆਪਣੇ ਬੱਚਿਆਂ ਦਾ ਰਾਖਾ ਹੈ ਸਾਨੂੰ, ਆਪਣੇ ਆਪਾਂ ਵੀ ਮਾਤਾ ਪਿਤਾ, ਆਪਾਂ ਨੂੰ ਬੱਚਿਆਂ ਦਾ ਦਰਦ ਹੈ ਨਾ, ਉਹਨੂੰ ਸਾਡਾ ਦਰਦ ਹੈ। ਸਾਨੂੰ ਆਪਟੀਮਿਸਟਿਕ ਹੋਣਾ ਚਾਹੀਦਾ, ਲੇਕਿਨ ਆਪਟੀਮਿਸਟਿਕ ਵੀ ਹੋਣਾ ਚਾਹੀਦਾ, ਸਾਨੂੰ ਕੰਮ ਵੀ ਕਰਨਾ ਚਾਹੀਦਾ। ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾਂ ਬਹੁਤ ਡੁੱਬੇ ਸਿਆਣੇ। ਗੁਰੂ ਤੋਂ ਲੈ ਮੱਤ, ਅਤੇ ਸਾਨੂੰ ਕਿੱਡੀ ਪਾਤਸ਼ਾਹ ਨੇ ਰਹਿਮਤ ਕੀਤੀ ਹੈ। 1430 ਅੰਗ ਦੇ ਵਿੱਚ ਕਹਿੰਦੇ ਕਿਹੜੇ ਲਾਇਬ੍ਰੇਰੀ 'ਚ ਜਾਣ ਦੀ ਲੋੜ ਨਹੀਂ, ਉੱਥੋਂ ਪੜ੍ਹ ਲੈ, ਜੋ ਪੜ੍ਹਨਾ ਪੜ੍ਹ ਲੈ ਉੱਥੋਂ ਜਾ ਕੇ, ਹਰ ਚੀਜ਼ ਦਾ ਉੱਥੇ ਤੈਨੂੰ ਅਸੀਂ ਦੱਸਾਂਗੇ ਖੁਲਾਸਾ ਕਰਕੇ, ਔਰ ਦਿੰਦੇ ਨੇ ਪਾਤਸ਼ਾਹ। ਇਹ ਸਾਡੇ ਗੁਰੂ ਨੇ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰ। ਬਹੁਤ ਖੁਸ਼ੀ ਹੈ, ਗੁਰਪ੍ਰੀਤ ਸਿੰਘ ਜੀ ਬਚਨ ਸਾਂਝੇ ਆਮ ਤੌਰ 'ਤੇ ਹੁੰਦੇ ਨਹੀਂ ਹੈ, ਉਹ ਮਾਲਕ ਹੀ ਘੁਆ ਰਿਹਾ, ਅਸੀਂ ਕਹਿ ਕੇ ਬਹੁਤਾ ਕੁਛ ਖੁਸ਼ ਨਹੀਂ ਹੁੰਦੇ। ਹਾਂ, ਇਹ ਵੀ ਸੱਚਮੁੱਚ ਉਸ ਮਾਲਕ ਦੀ ਕਲਾ ਹੀ ਹੈ, ਅਸੀਂ ਪਿਛਲੇ ਕਾਫੀ ਦਿਨਾਂ ਤੋਂ ਮਹਿਸੂਸ ਕਰ ਰਹੇ ਹਾਂ। ਇੱਥੇ ਲੀਲਾ ਇੱਕ ਪ੍ਰਤੱਖ ਵਰਤਦੀ ਪਈ ਹੈ, ਆਪਾਂ ਇਵੇਂ ਕਹਿ ਲਈਏ ਕਿ ਜਿਵੇਂ ਹੁਣੇ ਭਾਈ ਸਾਹਿਬ ਹੋਰਾਂ ਨੇ ਵੀ ਗੱਲ ਕੀਤੀ ਕਿ ਕੰਟਰੋਲ ਕੌਣ ਕਰ ਰਿਹਾ, ਇਹ ਸਮਝ ਕਿਸੇ ਨੂੰ ਵੀ ਨਹੀਂ ਲੱਗ ਰਹੀ, ਪਰ ਮੈਨੂੰ ਲੱਗਦਾ ਕੰਟਰੋਲ ਉਹ ਮਾਲਕ ਆਪ ਹੀ ਕਰ ਰਿਹਾ। ਪਤਾ ਨਹੀਂ ਉਹਨਾਂ ਦੇ ਕਿੰਨੇ ਕੁ ਸ਼ਹੀਦ ਸਿੰਘ ਇੱਥੇ ਨਾਲ ਆਉਣ ਡਿਊਟੀ ਚੱਲਦੇ ਪਏ ਹੋਣਗੇ, ਨਾਨਕ ਗੁਪਤ ਫੌਜਾਂ ਵੱਧ ਨੇ, ਪ੍ਰਤੱਖ ਜਿਹੜੀਆਂ ਘੱਟ ਨੇ, ਗੁਪਤ ਜ਼ਿਆਦਾ ਵਰਤ ਰਹੀਆਂ ਨੇ। ਅਤੇ ਪਰ ਗੱਲ ਇਹ ਹੈ ਕਿ ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਿਸਣ ਦੋ ਮਾਂਪਿਰੀ, ਸੋ ਉਹ ਅੱਖਰਾਂ ਵਾਲੇ ਜਿਹੜੇ ਉਹ ਤੱਕਦੇ ਵੀ ਪਏ ਨੇ, ਉਹ ਮਹਿਸੂਸ ਵੀ ਕਰਦੇ ਪਏ ਨੇ। ਅਤੇ ਮੈਨੂੰ ਲੱਗਦਾ ਕਿ ਬੜੀਆਂ ਸਾਰੀਆਂ ਭਾਵਨਾ ਵਾਲੀਆਂ ਸੰਗਤਾਂ ਜਿਹੜੀਆਂ ਇੱਥੇ ਆਈਆਂ ਹੋਈਆਂ ਨੇ, ਅਤੇ ਬਾਲਾ ਪ੍ਰੀਤਮ ਜ਼ਰੂਰ ਸਾਰਿਆਂ ਨੂੰ ਨਿਵਾਜ ਕੇ ਭੇਜਣਗੇ। ਹਾਂ ਜ਼ਰੂਰ, ਦੇਖੋ ਇਹ ਜਿਹੜਾ ਚੈਨਲ ਹੈ ਸੰਗਤ, ਇਹ ਸੰਗਤ ਦਾ ਹੀ ਚੈਨਲ ਹੈ, ਇਹ ਸੰਗਤ ਦਾ ਹੀ ਰਹਿਣਾ ਹੈ। ਅਤੇ ਇਹਦੇ ਵਿੱਚ ਸਿਰਫ ਅਤੇ ਸਿਰਫ ਨਾ ਧਰਮ ਦਾ ਪ੍ਰਚਾਰ ਹੋਵੇ, ਤੁਸੀਂ ਦੇਖੋਗੇ ਗੁਰੂ ਮਿਹਰ ਕਰੇਗਾ। ਸਾਨੂੰ ਧਰਮ ਦੇ ਪ੍ਰਚਾਰ ਦੀ ਲੋੜ ਹੈ, ਦੁਨੀਆ ਨੂੰ ਲੋੜ ਹੈ ਇਸ ਵੇਲੇ। ਬਾਕੀ ਤਾਂ ਸਾਰੀਆਂ ਗੱਲਾਂ ਚੱਲਦੀਆਂ, ਕਰੀ ਜਾਣ ਜੋ ਵੀ ਕਰਨਾ, ਲੇਕਿਨ ਧਰਮ ਦਾ ਪ੍ਰਚਾਰ ਹੋਣਾ ਚਾਹੀਦਾ, ਕਿਉਂਕਿ ਇਹਦੀ ਆਊਟਰੀਚ ਬਹੁਤ ਹੈ। ਲੇਕਿਨ ਫਿਰ ਵੀ ਮਾਲਕ ਤੋਂ ਆਊਟਰੀਚ ਕਿਸੇ ਦੀ ਜ਼ਿਆਦਾ ਨਹੀਂ ਹੈ ਲੰਬੀ ਚੌੜੀ, ਉਹ ਸਾਰਿਆਂ 'ਚ ਬੈਠਾ, 7.3 ਬਿਲੀਅਨ ਬੰਦਿਆਂ 'ਚ ਬੈਠਾ ਉਹ। ਉਹਨੂੰ ਅਰਦਾਸ ਕਰੀਏ ਨਾ, ਈਮੇਲ ਸਾਰਿਆਂ ਕੋਲ ਚਲੀ ਜਾਂਦੀ। ਸੋ ਬਿਲਕੁਲ, ਸਾਡੀ ਈਮੇਲ ਵੀ ਮਾਰੇ ਪ੍ਰਵਾਨ ਕਰਨ, ਸਭ ਤੋਂ ਉੱਤੇ ਮੇਰਾ ਕਰਨ। ਇਹ ਜਿਵੇਂ ਆਪਾਂ ਵਧਾਈਆਂ ਦੇ ਰਹੇ, ਲੱਖ ਲੱਖ ਵਧਾਈਆਂ, ਮੈਨੂੰ ਲੱਗਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਵਧਾਉਣ, ਅਗਲੇ ਸਾਲ ਅਸੀਂ ਹੋਰ ਖੁਸ਼ੀਆਂ ਦੇ ਵਿੱਚ ਹੋਰ ਚੜ੍ਹਦੀ ਕਲਾ ਦੇ ਵਿੱਚ ਆਈਏ। ਅਤੇ ਜਿਹੜੇ ਇਸ ਵਾਰੀ ਨਹੀਂ ਆ ਸਕੇ, ਬਾਹਰ ਵਿਦੇਸ਼ਾਂ 'ਚ ਬੈਠੇ, ਜਿਹੜੇ ਬਾਲਾ ਪ੍ਰੀਤਮ ਦੇ ਨਾਂ ਦੇ ਉੱਤੇ ਆਪਣੇ ਜਜ਼ਬਾਤਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ, ਉਹ ਵੀ ਸਤਿਗੁਰ ਕਿਰਪਾ ਕਰਨ ਕਿ ਅਗਲੀ ਵਾਰੀ ਜ਼ਰੂਰ ਆਉਣ, ਸਾਰੇ ਰਲ ਮਿਲ ਕੇ ਖੁਸ਼ੀਆਂ ਮਨਾਈਏ, ਉਹ ਬਾਜਾਂ ਵਾਲਾ ਸਭ ਨੂੰ ਖੁਸ਼ੀਆਂ ਦੇਵੇ। ਸੋ ਇੱਥੇ ਹੀ ਸਭ ਦਾ ਧੰਨਵਾਦ ਭਾਈ ਸਾਹਿਬ ਹੋਰਾਂ ਦਾ, ਵਿਸ਼ੇਸ਼ ਤੌਰ 'ਤੇ ਬੜੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਸਾਡੇ ਨਾਲ ਸ਼ਾਮਿਲ ਹੋਏ ਨੇ। ਫਤਿਹ ਅਰਜ਼ ਕਰਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।